ਆਪਣੇ ਘਰੇ ਜੀ ਪਲਾਸਟਿਕ ਦੇ ਢੋਲ ਹੁੰਦੇ ਨੇ ਢੋਲੀਆਂ ਹੁੰਦੀਆਂ ਨੇ ਪੀਪੀਆਂ ਹੁੰਦੀਆਂ ਨੇ ਉਹ ਫੁੱਟ ਜਾਂਦੇ ਨੇ ਕਈ ਵਾਰੀ ਟੁੱਟ ਜਾਂਦੇ ਨੇ ਡਿੱਗ ਕੇ ਆਪਣੇ ਘਰੇ ਆ ਪਾਣੀਆਂ ਨਾਲ ਢੋਲ ਸੀ ਜਿਹੜਿਆ ਨੀਲੇ ਜਿਹੇ ਢੋਲ ਹੁੰਦੇ ਨੇ ਘਰ ਦਾ ਕੰਮ ਕਰਨ ਲੱਗੇ ਇਹਦੇ ਵਿੱਚ ਜੀ ਇਹੇਠਾਂ ਤੋਂ ਇੱਟ ਖੁੱਭ ਗਈ ਸੀ ਇਹ ਟੁੱਟ ਗਿਆ ਜੀ ਇਸ ਤਰੀਕੇ ਨਾਲ ਠੀਕ ਹੈ ਖਾਂਚਰ ਜੀ ਇਹਦੇ ਵਿੱਚ ਵੱਜੀਏ ਟੁੱਟ ਗਿਆ ਪਾਣੀ ਦਾ ਭਰਿਆ ਹੋਇਆ ਸੀ ਇਹ ਹੁਣ ਇਹਦਾ ਆਪਾਂ ਬਿਲਕੁਲ ਪੱਕਾ ਸੋਲੂਸ਼ਨ ਕਰਾਂਗੇ ਪੁਰਾਣਾ ਢੋਲ ਵੀ ਬਿਲਕੁਲ ਨਵਾਂ ਬਣ ਜਾਊਗਾ ਐਡਾ ਜਿਆਦਾ ਜ਼ਬਰਦਸਤ ਘਰੇਲੂ ਤਰੀਕਾ ਹੈ ਇਹਦੀ ਵਜ੍ਹਾ ਕਰਕੇ ਟੁੱਟੇ ਹੋਏ ਢੋਲ ਨੂੰ ਕਈ ਵਾਰ ਦਿੰਦਾ ਕੋਈ ਕੰਮ ਨਹੀਂ ਦਿੰਦਾ ਜਦ ਤੁਹਾਡੇ ਘਰੇ ਕਈ ਵਾਰੀ ਕੋਈ ਹੋਰ ਢੋਲੀ ਪੀਪੀ ਪਈ ਹੈ ਪਲਾਸਟਿਕ ਦੀ ਜਿਹੜੀ ਟੁੱਟ ਗਈ ਤੁਹਾਡੀ ਵਰਤੋਂ ਚ ਨਹੀਂ ਆ ਰਹੀ ਤਾਂ ਉਹਨੂੰ ਤੁਸੀਂ ਬਿਲਕੁਲ ਨਵੀਂ ਬਣਾ ਸਕਦੇ ਹੋ ਬਿਲਕੁਲ ਜਬਰਦਸਤ ਤਰੀਕਾ ਹੈ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਧੋ ਲੈਨੇ ਆ ਸਾਫ਼ ਕਰ ਲੈਨੇ ਆ ਜਿਹੜੀ ਵੀ ਚੀਜ਼ ਕੋਈ ਟੁੱਟੀ ਫੁੱਟੀ ਹੋਈ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਉਹਨੂੰ ਧੋਣਾ ਹੈ ਤਾਂ ਕਿ ਉਹਦੇ ਤੇ ਕਿਸੇ ਪਾਸੋਂ ਕੋਈ ਰੇਤਾ ਨਾ ਲੱਗਿਆ ਰਹੇ ਜਿੱਥੋਂ ਆਪਾਂ ਨੇ ਇਹਦਾ ਜੋਇੰਟ ਭਰਨਾ ਇਹਦਾ ਹੱਲ ਕਰਨਾ ਹੈ ਇਸ ਤੋਂ ਬਾਅਦ ਜਿਹੜੀ ਆ ਪੇਂਟ ਜੇ ਕਰਨ ਵਾਲੀ ਆ ਪੱਟੀ ਜੀ ਹੁੰਦੀ ਆ ਬਾਲ ਪੁੱਟੀ ਜੀ ਕਰਨ ਵਾਲੀ ਜੀ ਤਿੱਖ ਜੇ ਕੋਈ ਅੰਦਰਲੇ ਪਾਸੇ ਇਹਦੇ ਮਟੀਰੀਅਲ ਲੱਗਿਆ ਹੋਇਆ ਉਹ ਵੀ ਲਾ ਦੇਣਾ ਚੰਗੇ ਤਰੀਕੇ ਨਾਲ ਇਹਨੂੰ ਸਾਫ਼ ਕਰ ਲੈਣਾ ਇਸ ਤੋਂ ਬਾਅਦ ਜੀ ਆਪਾਂ ਨੂੰ ਚਾਹੀਦੇ ਨੇ ਬੋਤਲਾਂ ਦੇ ਟੱਕਣ ਆਪਣੇ ਘਰੇ ਜਿਹੜੀਆਂ ਪੈਪਸੀ ਵਾਲੀਆਂ ਬੋਤਲਾਂ ਹੁੰਦੀਆਂ ਨੇ ਛੋਟੀਆਂ ਬੋਤਲਾਂ ਕੋਲਡ ਡਰਿੰਕ ਵਾਲੀਆਂ ਬੋਤਲਾਂ ਹੁੰਦੀਆਂ ਨੇ ਉਹਨਾਂ ਦੇ ਟੱਕਣ ਦੇ ਉਹਨਾਂ ਦੇ ਟੱਕਣ ਦੇ ਵਿੱਚ ਜਿਹੜੀ ਇੱਕ ਆ ਗੱਤੇ ਜਿਹੇ ਦੀ ਫਸੀ ਹੁੰਦੀ ਹੈ ਇਹਨੂੰ ਆਪਾਂ ਨੇ ਕੱਢ ਕੇ ਸਿੱਟ ਦੇਣਾ ਬਾਹਰ ਇਸ ਤੋਂ ਬਾਅਦ ਸਲੰਡਰ ਦੇ ਉੱਤੇ ਜਾਂ ਚੁੱਲ੍ਹੇ ਦੇ ਉੱਤੇ ਕਿਸੇ ਵੀ ਭਾਂਡੇ ਦੇ ਵਿੱਚ ਪਾ ਕੇ ਰੱਖ ਕੇ ਤੁਸੀਂ ਇਸ ਤਰੀਕੇ ਨਾਲ ਇਨਾਂ ਨੂੰ ਆਪਾਂ ਨੇ ਉਬਾਲਣਾ ਹੈ ਜੀ ਚੰਗੇ ਤਰੀਕੇ ਨਾਲ ਤੁਸੀਂ ਕਹੋਗੇ ਵੀ ਯਾਰ ਚਾਹ ਉਬਲਦੀ ਤਾਂ ਦੇਖੀ ਹੈ ਪਰ ਆ ਟੱਕਣ ਦੇ ਉਬਾਲਦੇ ਪਹਿਲੀ ਵਾਰੀ ਹਾਂਜੀ ਆਪਾਂ ਜੀ ਟੱਕਣਾ ਨੂੰ ਬਾਲਣਾ ਹੈ ਚੰਗੇ ਤਰੀਕੇ ਨਾਲ ਆਪਾਂ ਨੇ ਇਹਨਾਂ ਨੂੰ ਬਾਲ ਲੈਣਾ ਹੈ ਇਹਨਾਂ ਦੀ ਆਪਾਂ ਬਣਾਵਾਂਗੇ ਜੀ ਮੋਮ ਜੋੜਦਾ ਵੀ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕਿਹੜੇ ਵੇਲੇ ਲੱਗ ਜਾਊਗਾ ਬਾਕੀ ਤੁਹਾਨੂੰ ਫੁੱਲ ਇਹਦਾ ਨਤੀਜਾ ਵੀ ਆਪਾਂ ਕੱਢ ਕੇ ਦਿਖਾਵਾਂਗੇ ਐਂਡ ਤੱਕ ਵੀਡੀਓ ਪੂਰੀ ਦੇਖਿਓ ਪਾਣੀ ਭਰ ਕੇ ਵੀ ਦਿਖਾਵਾਂਗੇ ਇਸ ਤਰੀਕੇ ਨਾਲ ਆਹ ਹਾਲਾਤਾਂ ਦੇ ਵਿੱਚ ਆਪਾਂ ਨੇ ਜਿਹੜੀ ਮੋਮ ਹੈ ਉਹਨੂੰ ਆਪਾਂ ਨੇ ਇਸ ਤਰੀਕੇ ਨਾਲ ਤਿਆਰ ਕਰ ਲੈਣਾ ਇਸ ਤੋਂ ਬਾਅਦ ਆਹ ਦੇਖੋ ਜੀ ਉੱਪਰ ਜਿੱਥੋਂ ਆਪਣਾ ਢੋਲ ਫੁੱਟਿਆ ਹੋਇਆ ਹੈ ਉਹਦੇ ਉੱਤੇ ਤੁਸੀਂ ਪਾ ਦੋ ਇਸ ਤਰੀਕੇ ਨਾਲ ਪਾ ਦੋ ਪੱਕਾ ਇਹਦਾ ਬਿਲਕੁਲ ਜੋੜ ਲੱਗੂਗਾ ਪੱਕਾ ਸੋਲੂਸ਼ਨ ਹੋਊਗਾ ਕੋਈ 1% ਵੀ ਇਹਦੇ ਵਿੱਚ ਕਮੀ ਨਹੀਂ ਰਹਿਣੀ ਤੁਹਾਨੂੰ ਦਿੱਕਤ ਨਹੀਂ ਆਊਗੀ ਕਦੇ ਵੀ ਵੀ ਤੁਹਾਡਾ ਪਾਣੀ ਲੀਕੇਜ ਹੋ ਗਿਆ ਕਈ ਵਾਰੀ ਆਪਣੀ ਜਿਹੜੀ ਟੈਂਕੀ ਹੁੰਦੀ ਹੈ ਪਾਣੀ ਵਾਲੀ ਜਿਹੜੀ ਆਪਣੇ ਘਰਾਂ ਦੇ ਵਿੱਚ ਆਪਣਾ ਪਾਣੀ ਭਰਦੇ ਆਪਾਂ ਬਾਥਰੂਮ ਤੇ ਜਾਂ ਛੱਤ ਤੇ ਰੱਖਦੇ ਆ ਉਹ ਵੀ ਕਈ ਵਾਰੀ ਫੁੱਟ ਜਾਂਦੀਆਂ ਨੇ ਉਹਨਾਂ ਦਾ ਵੀ ਆ ਹੀ ਪੱਕਾ ਸੋਲੂਸ਼ਨ ਹੈ ਅੰਦਰੋਂ ਤੇ ਬਾਹਰੋਂ ਦੋਨੇ ਪਾਸਿਓਂ ਚੰਗੇ ਤਰੀਕੇ ਨਾਲ ਜਿਹੜਾ ਆਪਨੇ ਮਟੀਰੀਅਲ ਤਿਆਰ ਕਰਿਆ ਮੋਮ ਤਿਆਰ ਕਰਿਆ ਕੈਮੀਕਲ ਤਿਆਰ ਕਰਿਆ ਇਹਨੂੰ ਆਪਾਂ ਭਰ ਦਾਂਗੇ ਠੀਕ ਹੈ ਇਸ ਤਰੀਕੇ ਨਾਲ ਭਰ ਦੇਣਾ ਹੈ ਭਰਨ ਤੋਂ ਬਾਅਦ ਤੁਸੀਂ ਇਹਨੂੰ ਸੁਕਾਉਣ ਹੈ ਜੀ ਘੱਟੋ ਘਾਟ 1 ਘੰਟੇ ਤੱਕ 1 ਘੰਟੇ ਬਾਅਦ ਜਦੋਂ ਇਹ ਸੁੱਕ ਗਿਆ ਉਸ ਤੋਂ ਬਾਅਦ ਫਿਰ ਇਤੇ ਫੇਰਨੀ ਆਪਾਂ ਨੇ ਜੀ ਰੇਗਮਾਰ ਬਾਹਰਲੇ ਹਿੱਸੇ ਦੇ ਵੀ ਆਪਾਂ ਚੰਗੇ ਤਰੀਕੇ ਨਾਲ ਇਤੇ ਰੇਗਮਾਰ ਫੇਰਾਂਗੇ ਸਾਫ਼ ਕਰ ਦਾਂਗੇ ਇਹਨੂੰ ਅੰਦਰਲੇ ਪਾਸੇ ਵੀ ਆਪਾਂ ਰੇਗਮਾਰ ਫੇਰ ਕੇ ਇਹਨੂੰ ਸਾਫ਼ ਕਰ ਦਾਂਗੇ ਤਾਂ ਕਿ ਜਿਹੜਾ ਇਹ ਜੁਆਇੰਟ ਹੈ ਜਿਹੜਾ ਜੋੜ ਹੈ ਆਪਾਂ ਨੂੰ ਬਿਲਕੁਲ ਵੀ ਦਿਖਾਈ ਨਾ ਦੇਵੇ ਕਿਸੇ ਨੂੰ ਹੋਰ ਵੀ ਇਹ ਦਿਖਾਈ ਨਾ ਦੇਵੇ ਕਿਸੇ ਨੂੰ ਪਤਾ ਨਾ ਲੱਗੇ ਵੀ ਯਾਰ ਇਹ ਜੋੜ ਲੱਗਿਆ ਹੋਇਆ ਐ ਇਸ ਤੋਂ ਬਾਅਦ ਇਹਨੂੰ ਆਪਾਂ ਲੈ ਗਏ ਹੁਣ ਨਾਲ ਦੀ ਨਾਲ ਇਹਦੇ ਵਿੱਚ ਆਪਾਂ ਪਾਣੀ ਭਰ ਲੈਨੇ ਆ ਜੋੜ ਤੁਸੀਂ ਆਪ ਚੈੱਕ ਕਰ ਲਿਓ 1% ਵੀ ਲੀਕ ਨਹੀਂ ਹੋਊਗਾ ਉਹ ਆਪਾਂ MCG ਲਾਉਨੇ ਆ ਜਾਂ ਹੋਰ ਚੀਜ਼ਾਂ ਲਾਉਨੇ ਆ ਉਹਦੇ ਨਾਲ ਜਿਹੜਾ ਜੋੜ ਆ ਉਹ ਲੀਕ ਹੋ ਜਾਂਦਾ ਦਿੱਕਤ ਆ ਜਾਂਦੀ ਹੈ ਪਰ ਇਹਦੇ ਨਾਲ ਬਿਲਕੁਲ ਪੱਕਾ ਸੋਲੂਸ਼ਨ ਐ ਜੀ ਆਹ ਦੇਖ ਲਓ ਢੋਲ ਦੇ ਵਿੱਚ ਹੁਣ ਤੱਕ ਕਿੰਨਾ ਪਾਣੀ ਭਰ ਗਿਆ ਲੀਕ ਨਹੀਂ ਹੈਗਾ ਇਹ ਫਾਰਮੂਲਾ ਤੁਸੀਂ ਯੂਜ਼ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ